ਇੱਕ ਜਵਾਈ ਦੇ ਵੱਲੋਂ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਸਹੁਰੇ ਦੀ ਕੁੱਟਮਾਰ ਕੀਤੀ ਗਈ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਐਕਟਿਵਾ ਤੇ ਸਵਾਰ ਬਜ਼ੁਰਗ ਸਹੁਰਾ ਜਾ ਰਿਹਾ, ਜਵਾਈ ਨੇ ਮੋਟਰਸਾਈਕਲ ਬਰਾਬਰ ਲਿਆ ਕੇ ਟੱਕਰ ਮਾਰੀ, ਬਜ਼ੁਰਗ ਜ਼ਮੀਨ ਤੇ ਡਿੱਗ ਪਿਆ, ਫਿਰ ਜਵਾਈ ਨੇ ਉਸਦੇ ਨਾਲ ਕੁੱਟਮਾਰ ਕੀਤੀ, ਘਸੁੰਨ ਮੁੱਕੇ ਮਾਰੇ। ਦਰਅਸਲ ਉਹਨਾਂ ਦੀ ਧੀ ਦੇ ਨਾਲ ਤਲਾਕ ਦਾ ਮਾਮਲਾ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਔਰ ਦਸਤਖਤਾਂ ਨੂੰ ਲੈ ਕੇ ਜਵਾਈ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਹੁਰੇ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ। ਲੁਧਿਆਣਾ ਦੇ ਤਾਜਪੁਰ ਰੋਡ ਦੀ ਇਹ ਪੂਰੀ ਵੀਡੀਓ ਹੈ। ਐਕਟਿਵਾ ਸਵਾਰ ਸਹੁਰੇ ਨੂੰ ਪਹਿਲਾਂ ਟੱਕਰ ਮਾਰ ਕੇ ਥੱਲੇ ਡੇਗ ਦਿੱਤਾ, ਫਿਰ ਉਸਦੇ ਨਾਲ ਕੁੱਟਮਾਰ ਕੀਤੀ ਗਈ। ਪਹਿਲਾਂ ਵੀ ਇਹ ਜਵਾਈ ਆਪਣੇ ਸਹੁਰਿਆਂ ਨੂੰ ਧਮਕੀਆਂ ਦਿੰਦਾ ਹੈ। ਪੁਲਿਸ ਨੇ FIR ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਦੱਸਦੇ ਕਿ ਉਹਨਾਂ ਦੀ ਧੀ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਔਰ ਉਹਨਾਂ ਦਾ ਜਵਾਈ ਉਹਨਾਂ ਦੀ ਰੇਕੀ ਕਰਦਾ, ਉਹਨਾਂ ਦਾ ਪਿੱਛਾ ਕਰਦਾ, ਇੱਥੋਂ ਤੱਕ ਫੋਨ ਕਰਕੇ ਧਮਕੀਆਂ ਵੀ ਦਿੰਦਾ। ਇਸ ਦੌਰਾਨ ਉਸਦੇ ਜਵਾਈ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਐਕਟਿਵਾ ਤੇ ਸਵਾਰ ਆਪਣੇ ਸਹੁਰੇ ਨੂੰ ਪਹਿਲਾਂ ਟੱਕਰ ਮਾਰੀ, ਜਿਵੇਂ ਉਹ ਜ਼ਮੀਨ ਤੇ ਡਿੱਗਿਆ ਫਿਰ ਉਸਦੀ ਕੁੱਟਮਾਰ ਕੀਤੀ ਗਈ। ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋ ਗਿਆ। ਉਹ ਸਾਡਾ ਝਗੜਾ ਚੱਲ ਰਿਹਾ ਲੜਕੀ ਦਾ, ਡਾਈਵੋਰਸ ਦਾ, ਉਹਦੇ ਪ੍ਰੈਸ਼ਰ ਪਾਉਣ ਵਾਸਤੇ ਉਹਨੇ ਪਹਿਲਾਂ ਮੈਨੂੰ ਫੋਨ ਕਰਦਾ ਰਹਿੰਦਾ ਕਿ ਜੀ ਧਮਕਾ ਦਾ ਪਿੱਛਾ ਕਰਦਾ ਸੀ, ਕੱਲ੍ਹ ਉਹਨੇ ਮੈਨੂੰ ਘੇਰ ਕੇ ਕੁੱਟਿਆ ਜੀ ਬਹੁਤ ਜ਼ਿਆਦਾ। ਦੋ ਜਣੇ ਸੀ ਜੀ, ਇੱਕ ਸਾਡਾ ਜਵਾਈ ਸੀ, ਨਾਲ ਉਹਦਾ ਕੋਈ ਦੋਸਤ ਸੀ। ਮੈਨੂੰ ਤਾਂ ਲੱਗਦਾ ਜਿਵੇਂ ਕੋਈ ਜਿਮ ਤੋਂ, ਅਤੇ ਬੜਾ ਤਗੜਾ ਸੀ ਮੁੰਡਾ ਅਤੇ ਮੈਨੂੰ ਬਹੁਤ ਮਾਰਿਆ, ਮੇਰੀਆਂ ਵੱਖੀਆਂ 5 ਸੱਟੀਆਂ ਨੇ ਸਿਰ 'ਤੇ ਅਤੇ ਹੋਰ। ਮੈਂ ਬਸ ਗੱਲ ਤਾਂ ਇਹੀ ਹੋ, ਸਾਡੇ 'ਤੇ ਪ੍ਰੈਸ਼ਰ ਪਾਉਂਦਾ ਹੈਗਾ ਕਿ ਬਈ ਸਾਈਨ ਕਰਾਓ ਕੁੜੀ ਦੇ, ਆਪਣੇ ਸਮਝਾਓ। ਫਿਰ ਜਾਂਦੇ ਜਾਂਦੇ ਧਮਕੀ ਵੀ ਦੇ ਕੇ ਗਿਆ, ਕਹਿੰਦਾ ਹੁਣ ਪਤਾ ਲੱਗ ਗਿਆ ਨਾ ਮੇਰੇ ਹੱਥ ਕਿੰਨੇ ਹੈਗੇ ਨੇ, ਅਤੇ ਹੁਣ ਸਾਈਨ ਕਰਾ ਦੀ, ਨਹੀਂ ਤਾਂ ਤੇਰਾ ਫਿਰ ਹੋਰ ਵੀ ਹਾਲ ਕਰਾਂਗਾ ਔਰ ਤੇਰੇ ਬੱਚਿਆਂ ਦਾ ਵੀ ਔਰ ਤੇਰੀ ਘਰ ਵਾਲੀ ਦਾ ਵੀ। ਕੁਛ ਵੀ ਨਹੀਂ ਹੋਇਆ ਜੀ ਥਾਣੇ, ਕੱਲ੍ਹ ਦਾ ਗੇੜਾ ਮਾਰੀ ਜਾਂਦੇ ਪਏ ਹੈਗੇ ਹਾਂ, ਅਤੇ ਬੁਲਾਵਾਂਗੇ ਜੀ, ਕਰਾਂਗੇ ਜੀ ਇਹ ਜੀ। ਅਸੀਂ ਪਰੇਸ਼ਾਨ ਜੀ, ਘਰ ਵਾਲੀ ਸ਼ੂਗਰ ਦੀ ਮਰੀਜ਼, ਮੈਂ ਆਹ ਦੇਖੋ ਪੈਰ 'ਤੇ ਵੀ ਉਹਦੇ ਸੱਟ ਲੱਗੇ, ਲੰਗੜਾਉਂਦੀ ਆ ਰਹੀ, ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਕੁਛ ਨਹੀਂ ਹੋ ਰਿਹਾ। ਕਿੰਨੇ ਸਾਲ ਹੋ ਗਏ ਬੇਟੀ ਦੇ ਵਿਆਹ? ਵਿਆਹ ਨੂੰ 7 ਸਾਲ ਹੋ ਗਏ, ਕੇਸ ਚੱਲਦਿਆਂ ਨੂੰ ਵੀ 6 ਸਾਲ, 6 ਸਾਲ ਹੋ ਗਏ ਨੇ। ਅੱਛਾ ਜੀ, ਪ੍ਰੈਸ਼ਰ ਪਾਉਂਦਾ, ਕਦੇ ਫੋਨ ਕਰਦਾ, ਕਦੇ ਵੈਸੇ, ਕਦੇ ਪਿੱਛਾ ਕਰਦੇ। ਇੱਕ ਵਾਰੀ ਪਿੱਛੇ ਗਲੀ 'ਚ ਆ ਕੇ ਅਤੇ ਉਹਨੇ ਸਾਡੇ 'ਤੇ ਹਮਲਾ ਕੀਤਾ ਸੀਗਾ, ਅਸੀਂ ਉਹਦੀ ਫਿਰ ਰਿਪੋਰਟ ਵੀ ਲਿਖਾਈ, ਪਰ ਮੇਰੀ ਬੇਟੀ ਕਹਿਣ ਲੱਗੀ ਨਹੀਂ ਪਾਪਾ ਸ਼ਾਇਦ ਸੁਧਰ ਜਾਏ। ਮੰਗ ਇਹ ਹੈਗਾ ਕਿ ਉਹਦੇ 'ਤੇ ਕਾਰਵਾਈ ਕੀਤੀ ਜਾਏ, ਤਾਂ ਪ੍ਰੈਸ਼ਰ ਪਾ ਕੇ ਡਾਈਵੋਰਸ ਲਿਆ ਜਾਂਦਾ। ਕੋਰਟ ਨੇ ਡਾਈਵੋਰਸ ਦੇਣਾ ਕਿ ਧਮਕੀ ਔਰ ਪੈਸੇ ਨਾਲ ਲਾਉਣਾ? ਇਹ ਤਾਂ ਫਿਰ ਸਾਡੇ ਸਾਰਿਆਂ ਨੂੰ ਖਤਮ ਕਰ ਦੇਗਾ ਇਹਦਾ, ਇਹਦੇ ਕੋਈ ਸੁਸਾਇਟੀ ਉਹਦੇ 'ਚ ਲਾ ਐਂਡ ਆਰਡਰ ਨਹੀਂ ਹੈਗਾ। ਮੇਰੇ ਨਾਲ ਗੱਲ ਨਹੀਂ ਹੋਈ, ਇਹ ਘਰ ਗਏ ਨੇ, ਫੋਨ ਕਰਦਾ ਸੀ, ਮੈਂ ਚੁੱਕਿਆ ਨਹੀਂ ਫੋਨ। ਵਕੀਲ ਨੇ ਸਾਨੂੰ ਮਨਾ ਕੀਤਾ ਸੀ ਫੋਨ ਨਹੀਂ ਚੁੱਕਣਾ, ਕੁੜੀ ਨਾਲ ਕਰਦਾ ਬਹਿਸ, ਹੈਂ ਕਹਿੰਦਾ ਤੈਨੂੰ ਸਾਈਨ ਕਰਨੇ ਪੈਣੇ ਆ। ਉਹ ਕਹਿੰਦੀ ਫਿਰ ਜੋ ਗੱਲ ਮੈਂ ਕਹਿੰਦੀ ਉਹ ਮਨਜ਼ੂਰ ਕਰ ਤੂੰ ਵੀ, ਅਤੇ ਕਹਿੰਦਾ ਬੈਠੀ ਰਹਿ। ਉਹ ਕਹਿੰਦੀ ਬੈਠੀ ਹੋਈ 7 ਸਾਲ ਹੋ ਗਏ ਮੈਨੂੰ ਤਾਂ, ਹੈਂ ਧਮਕੀਆਂ ਦਿੰਦਾ, ਕਦੀ ਤੇਰੇ ਮੁੰਡੇ ਨੂੰ ਚੁੱਕ ਲਾਂਗੇ, ਕਦੀ ਮਾਮਾ ਧਮਕੀ ਦਿੰਦਾ, ਕਦੀ ਉਹ ਦਿੰਦਾ, ਹੈਂ ਸਾਡਾ ਇਹਨੇ ਜੀਣਾ ਆਰਾਮ ਕੀਤਾ, ਸਾਡੀ ਰੋਟੀ ਖਤਮ ਹੋਈ ਪਈ ਖਾਣੀ। ਇੱਕ CCTV ਤੇ ਵੀਡੀਓ ਵੀ ਆ ਰਹੀ ਤੁਹਾਡੇ ਘਰ ਦੇ ਨੇੜੇ ਤੇੜੇ, ਕੋਈ ਗੇੜੇ ਵੀ ਮਾਰ ਰਹੇ ਆ, ਉਹ ਕਿਹੜੇ ਬੰਦੇ ਨੇ ਜਿਹੜੇ ਗੇੜੇ ਮਾਰਦੇ ਬਾਰ ਬਾਰ ਤੁਹਾਡੇ ਘਰੇ? ਉਹਨਦੇ ਹੀ ਬੰਦੇ ਨੇ, ਉਹਦਾ ਹੀ ਕੋਈ ਬੰਦਾ ਹੋਏਗਾ, ਬੰਦੇ ਉਹਨੇ ਬਹੁਤ ਛੱਡੇ ਹੋਏ ਆ। ਮੇਰਾ ਪਿੱਛਾ ਕਰਦਾ, ਅਸੀਂ ਕੱਲ ਅਸੀਂ ਹਰਿਆਣੇ ਦੇ ਰਹਿਣ ਵਾਲੇ ਆ, ਸਾਡੇ ਇੱਥੇ ਸਾਰੇ ਰਿਸ਼ਤੇਦਾਰ ਉਧਰ ਨੇ, ਇਹ ਸਾਨੂੰ ਕੱਲਿਆਂ ਸਮਝ ਕੇ ਸਾਨੂੰ ਖਪਾਉਂਦਾ ਪਿਆ। ਤੁਹਾਨੂੰ ਕੋਈ ਧਮਕੀਆਂ ਵੀ ਆ ਰਹੀਆਂ?
ਧਮਕੀਆਂ ਦੇ ਰਿਹਾ, ਕਹਿੰਦਾ ਅਗਰ ਸਾਈਨ ਨਾ ਕੀਤੇ ਤੇ ਵੇਖੀ ਤੇਰਾ ਕੀ ਹਾਲ ਕਰਦਾ। ਉਹ ਸੁੰਦਰ ਨਗਰ ਰਹਿੰਦੇ ਆ, ਅਸੀਂ ਸੁੰਦਰ ਨਗਰ ਕੁੜੀ ਵਿਆਹੀ ਸੀ, ਇਹਨਾਂ ਨੇ ਵਿੱਚੋਂ ਲੈ ਗਏ, ਕਹਿੰਦੇ ਅਸੀਂ ਸੁੰਦਰ ਨਗਰ ਲੈ ਕੇ ਜਾਣੀ। ਮੈਂ ਕਿਹਾ ਠੀਕ ਹੈ, ਅਸੀਂ ਵਿਸ਼ਵਾਸ ਕਰ ਲੈਂਦੇ ਇਹਨਾਂ ਦੀ ਗੱਲ ਤੇ, ਇਹ ਸਾਡਾ ਗਲਤ ਫਾਇਦਾ ਉਠਾਉਂਦੇ ਪਏ ਨੇ। ਹੈ ਦੁਖੀ ਕੀਤਾ ਵੇ ਇਹਨੇ ਸਾਨੂੰ, 7 ਸਾਲ ਹੋ ਗਏ ਆ, ਬਹੁਤ ਬੁਰਾ ਹਾਲ ਕਰ ਦਿੱਤਾ ਇਹਨੇ ਕੰਜਰ ਨੇ ਸਾਡਾ। ਬਸ ਉਹਨੂੰ ਇਹ ਵੀ ਕੱਲ ਨੂੰ ਸਾਡੇ ਤੇ ਕੋਈ ਕਾਰਵਾਈ ਕਰੇ, ਪਰ ਸਾਡੇ ਆਂਚ ਨਹੀਂ ਆਉਣੀ ਚਾਹੀਦੀ ਸਾਡੇ ਉੱਤੇ। ਜੇ ਨੁਕਸਾਨ ਮੇਰੇ ਘਰ ਵਾਲੇ ਨੂੰ ਕੱਲ ਕੁਛ ਹੋ ਜਾਂਦਾ, ਮੈਂ ਕਿੱਥੋਂ ਰੋਟੀ ਖਾਣੀ ਸੀ, ਮੈਨੂੰ ਇਹਨੇ ਦੇਣੀ ਸੀ ਰੋਟੀ। ਕੰਪਲੇਂਟ ਲਿਖਾਈ ਸੀ ਜੀ, ਫਿਰ ਉਹ ਜਦੋਂ ਕਾਰਵਾਈ ਦਾ ਟਾਈਮ ਆਇਆ ਤੇ ਮੇਰੀ ਬੇਟੀ ਕਹਿਣ ਲਈ ਪਾਪਾ ਸ਼ਾਇਦ ਸੁਧਰ ਜਾਏਗਾ, ਉਹਨੇ ਵਾਪਸ ਲੈ ਲਈ ਸੀ। ਸਾਨੂੰ ਡਰਾਉਂਦਾ ਹੈਗਾ ਬੇਟੀ ਮੇਰੀ ਨੂੰ, ਇੰਨਾ ਡਰਾਉਂਦਾ ਕੋਈ ਕਹਿਣ ਦੀ ਯਾਦ ਨਹੀਂ। ਉਹ ਡਰ ਜਾਂਦੀ ਅੰਦਰ ਅੰਦਰ ਕੁੱਟੀ ਵੀ ਬਾਹਰ ਕਦੀ ਆ ਮੁੰਡੇ ਕਦੇ ਨੇ, ਉੱਥੋਂ ਕੋਈ ਫਾਲਤੂ ਕਦੀ ਨਿਕਲੀ ਨਹੀਂ। ਜੇ ਉਹਨੇ ਬਾਜ਼ਾਰ ਜਾਣਾ ਹੁੰਦਾ ਕੋਈ ਸਮਾਨ ਲੈਣ ਤਾਂ ਨਿਕਲਦੀ ਹੈ। ਹੈਂ ਅਸੀਂ ਨੌਕਰੀ ਵੀ ਨਹੀਂ ਕਰਾਉਂਦੇ ਪਏ ਇਹਦੇ ਕੋਲੋਂ ਵੀ, ਅੱਜ ਕੱਲ੍ਹ ਟਾਈਮ ਬਹੁਤ ਖਰਾਬ ਹੈ, ਇਹਨੇ ਸਾਡਾ ਜੀਣਾ ਆਰਾਮ ਕਰ ਛੱਡਿਆ ਵੇ, ਇਹਦੇ 'ਤੇ ਕਾਰਵਾਈ ਕੀਤੀ ਜਾਵੇ ਪੂਰੀ ਪੂਰੀ। ਜੇਟਾ ਮੈਂ ਕਿਹਾ ਸੀ, ਮੈਂ ਆਪਣੇ ਫਰੈਂਡ ਦੇ ਘਰ ਆਇਆ ਸੀਗਾ ਅਤੇ ਬੈਨਰ ਲੈ ਕੇ ਸੀ ਮੰਦਰ ਵਾਸਤੇ ਲੈ ਕੇ ਆਇਆ ਸੀਗਾ। ਜਿਹੜਾ ਮੈਂ ਦੇਖਿਆ ਤਾਂ ਦੂਰੋਂ ਇਹ ਕੁੱਟਮਾਰ ਕਰਦੇ, ਜਦ ਮੈਂ ਜਾ ਕੇ ਉਹਦੀ ਬਾਂਹ ਫੜੀ ਮੁੰਡੇ ਦੀ, ਮੈਂ ਉਹਨੂੰ ਬੋਲਿਆ ਜੀ ਮੈਂ ਗੱਲ ਕੀ ਆ, ਕਹਿੰਦੇ ਇਹ ਆਪਣਾ ਹਰਿਆ ਤੁਹਾਡਾ ਕੁੜੀ ਸਾਡੇ, ਕਹਿੰਦੇ ਇਹਦੀ ਇਹਨਾਂ ਡਿਵੋਰਸ ਨਹੀਂ ਸਾਨੂੰ ਦੇ ਰਹੀ ਇਹ, ਜਿਹਦੇ ਕਰਕੇ ਅਸੀਂ ਕੁੱਟਮਾਰ ਕੇ ਨਾ ਸਾਡੇ ਫੋਨ ਚੱਕਦੇ ਹੈ। ਇਹਨਾਂ ਬਹੁਤ ਜ਼ਿਆਦਾ ਧੱਕਾ ਹੋਇਆ, ਜਿਸ ਹਿਸਾਬ ਨਾਲ ਬਾਲੋਂ ਫੜਦੇ ਵੀ ਘੜੀਸਿਆ ਜਾ ਕੇ ਕੁੱਟਮਾਰ ਹੋਈ, ਇਹਨਾਂ ਨੇ ਲੱਤਾਂ ਵੀ ਮਾਰੀਆਂ, ਠੁੱਡੇ ਮਾਰਿਆ, ਮੁੱਕੇ ਵੀ ਮਾਰੇ, ਉਹਨਾਂ ਦੇ ਬੱਖੀ ਵਿੱਚ ਮੁੱਕੇ ਮਾਰੇ, ਮੁੱਕੇ ਦੇ ਉੱਤੇ ਸੀਗਾ ਮੈਂ, ਜਾ ਕੇ ਮੈਂ ਆਪ ਛੁਡਵਾਇਆ, ਫਿਰ ਬਾਅਦ 'ਚ ਇਹਨਾਂ ਨੂੰ ਛੁਡਾਇਆ ਅਤੇ ਬਾਅਦ 'ਚ ਇਹ ਨੱਠ ਗਏ ਮੋਟਰਸਾਈਕਲ ਚੱਕ ਕੇ। ਮੋਟਰਸਾਈਕਲ ਨੰਬਰ ਕੋਈ ਨਹੀਂ ਸੀਗਾ ਖਾਲੀ ਸੀਗਾ ਮੈਂ ਕੁਛ ਦੂਰੀ ਦੇ ਉੱਤੇ ਸੀਗਾ ਜੇ ਮੈਂ ਨਾ ਆਉਂਦਾ ਉਹ ਸਾਰੇ ਮਾਰ ਵੀ ਸਕਦੇ ਸੀਗੇ ਜਾਣ ਦੇ ਉੱਤੇ ਜਿਸ ਤਰ੍ਹਾਂ ਉਹ ਆਏ ਹੋਏ ਸੀਗੇ ਦੋਵੇਂ ਜਾਣੇ ਹੁੰਦੇ ਸੀਗੇ। 300 ਦਾ ਪਰਚਾ ਦਰਜ ਕੀਤਾ ਤੇ ਉਹਦੇ ਤੇ ਹੁਣ ਜਿਹੜੀ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ। ਉਹ ਬਰਾਮਦ ਕਰਾਂਗੇ, ਹਾਂ ਸਾਰੀ ਤਹਿਕੀਕਾਤ ਕਰਾਂਗੇ ਤਫਤੀਸ਼।